जस गुप्ता आहो जस गुप्ता उन्होंने इन्हों गुरु घर बनाने वास्ते गुरु घर गोली अही शांति चाहते हैं ये नहीं कहने के जा इन्हों का कब्जा होवे जा उन्हों का कब्जा होवे असी कहने की खाली होवे मकान ठीक है इना दे जो पैसे बनते लै लैन जिथे गुरुद्वारे नू दान करने पैसे वह कर देना ठीक है ना इतने कई कुछ हो रहा जिदा अज गोली चल गई अज लड़ाई हुई ऐदा तो कदी नहीं होया महल दे विच कदी भी नहीं ये पहली बार होया असी इतने घर तां लिया है शांति सी बहुत वधिया माहौल सीगा लेकिन ਇਦਾਂ ਦਾ ਮਾਹੌਲ ਹੋਊਗਾ ਅਸੀਂ ਵੀ ਕੋਠੀ ਵੇਚ ਕੇ ਜਾਵਾਂਗੇ ਇੱਥੋਂ ਤਰਸੀਮ ਸਿੰਘ ਜੀ ਜਿਹੜਾ ਵਿਵਾਦ ਹੋਇਆ ਕੀ ਸਾਡਾ ਵਿਵਾਦ ਇਹ ਵਿਵਾਦ ਇਹ ਹੋਇਆ ਜੀ ਵੀ ਇਹ ਆ ਕੇ ਮੇਰੇ ਕੋਲ ਧੱਕੇ ਨਾਲ ਕੰਨ 'ਤੇ ਪਤੌਰ ਰੱਖ ਕੇ ਅਤੇ ਮੇਰੇ ਕੋਲ ਇਹ ਜਗ੍ਹਾ ਲਿਖਾਉਂਦੇ ਸੀ ਅਤੇ ਮੈਨੂੰ ਕਹਿੰਦੇ ਸੀ ਵੀ ਜਗ੍ਹਾ ਇਹ ਖਾਲੀ ਕਰ ਦੇ ਅਤੇ ਮੈਂ ਆ ਥੋੜ੍ਹਾ ਜਿਹਾ ਮਸਤਾਨਾ ਸਾਧ ਅਤੇ ਥੋੜ੍ਹਾ ਜਿਹਾ ਲੜਨਾ ਨਹੀਂ ਮੇਰੇ ਸੱਤਵੇਂ ਪਾਤਸ਼ਾਹ ਹਰ ਰਹਿਸਾ ਵੀ ਨੇ ਜੰਗ ਨਹੀਂ ਕੀਤੀ ਛੇਵੇਂ ਪਾਤਸ਼ਾਹ ਨੇ ਕੀਤੀ ਦਸਵੇਂ ਪਾਤਸ਼ਾਹ ਨੇ ਕੀਤੀ ਆ ਸਾਨੂੰ ਸੱਤਵੇਂ ਪਾਤਸ਼ਾਹ ਰਹਿਸਾ ਵੀ ਦੀ ਹੁਕਮ ਹੈ ਵੀ ਜੰਗ ਨਹੀਂ ਕਰਨੀ ਇਹਨਾਂ ਨੇ ਆ ਕੇ ਧੱਕੇ ਨਾਲ ਮੇਰੇ ਕੋਲ ਸ਼ੈਣ ਕਰਾ ਕੇ ਅਤੇ ਮੇਰਾ ਜਿਹੜਾ ਪੜਾ ਸੀ ਉਹ 'ਤੇ ਕਬਜ਼ਾ ਕਰਨਾ ਚਾਹਿਆ ਮੈਨੂੰ ਥਾਣੇ ਸੱਦ ਲਿਆ ਅਤੇ ਮੁੜ ਕੇ ਮੇਰੇ ਪੜਾ 'ਤੇ ਆ ਕੇ ਕਬਜ਼ਾ ਚਲਾ ਕੇ ਗੋਲੀਆਂ ਚਲਾਈਆਂ ਪਹਿਲਾਂ ਇਹਨੇ ਰਿਵਾਲਵਰ ਦਾ ਮਾਰਿਆ ਇੱਕ ਮਿਸ ਹੋਇਆ ਦੂਜਾ ਇਹਨੇ ਮਾਰਿਆ ਤਾਂ ਨੂੰ ਸਿੱਧਾ ਚੱਲਿਆ ਮੁੜ ਕੇ ਇੱਕ 12 ਬੋਲ ਦਾ ਮਾਰਿਆ ਤਾਂ ਉਹ ਮੈਂ ਕੰਧ ਦੇ ਓਹਲੇ ਹੋ ਗਿਆ ਮੇਰੇ ਕੋਲ ਜੋ ਮੈਂ ਕਿਸੇ ਨੂੰ ਮੈਂ ਸ਼੍ਰੋਮਣੀ ਕਮੇਟੀ ਦੇ ਕੋਲ ਮੇਰੀਆਂ ਰਾਹਤਾਂ ਲੱਗੀਆਂ ਮੈਂ ਉਹ ਤੋਂ ਵੀ ਨਹੀਂ ਲੈਂਦਾ ਮੈਂ ਕਿਤੋਂ ਨਹੀਂ ਲੈਂਦਾ ਜੇ ਮੈਂ ਕਿਸੇ ਨੂੰ ਤੰਗ ਨਹੀਂ ਕਰਦਾ ਮੈਂ ਆਪਣੇ ਮਜ਼ੇ ਦੇ ਵਿੱਚ ਭਗਤੀ ਕਰਦਾ ਅਤੇ ਬੂਹਾ ਜਦੋਂ ਉਦੋਂ ਖੁੱਲੂਗਾ ਜਦੋਂ ਮਹਾਰਾਜ ਦਾ ਜਿਹੜਾ ਪਹਿਰਾ ਚੱਲੇਗਾ ਬਾਕੀ ਕੋਈ ਮੈਂ ਨਹੀਂ ਇੱਕ ਦੇ ਵੀ ਸਕਦਾ ਹਾਂ ਹੋਰ ਕੋਈ ਨਸ਼ਾ ਨਹੀਂ ਨਸ਼ਾ ਫੇਰ ਨਾਲ ਛਿੱਤਰ ਫੇਰਦਾ ਹਾਂਜੀ ਉਹ ਜਸਵੀਰ ਸਿੰਘ ਨਿਹੰਗ ਸਿੰਘ ਕਿੱਥੇ ਰਹਿਣ ਵਾਲਾ ਟਾਲੀ ਨੱਥੂ ਚਾਲ ਪਿੰਡ ਉਹਦਾ ਤੁਸੀਂ ਪੁਲਿਸ ਪ੍ਰਸ਼ਾਸਨ ਤੱਕ ਹੀ ਮੰਗ ਕਰਦੇ ਅਸੀਂ ਇਹ ਕਹਿੰਦੇ ਹਾਂ ਵੀ ਸ਼ਾਂਤੀ ਰਵੇ ਅਤੇ ਸਾਡਾ ਪੜਾਅ ਸਾਡਾ ਸਾਡੇ ਪਹਿਰੇ 'ਚ ਰਵੇ ਅਤੇ ਅਸੀਂ ਸੰਗਤਾਂ ਦੀ ਵਾਤੇ ਦੀ ਜਿਹੜੀ ਆ ਬਾਣੀ ਚਲਾ ਕੇ ਸੰਗਤਾਂ ਦਾ ਭਲਾ ਕਰੀਏ ਸਾਡੀ ਕਿਸੇ ਨਾਲ ਲੜਾਈ ਨਹੀਂ ਆ ਨਾ ਸਾਡੀ ਮਹੱਲੇ 'ਚ ਲੜਾਈ ਆ ਨਾ ਕਿਸੇ ਨਾਲ ਸਾਡੀ ਲੜਾਈ ਸਾਰਿਆਂ ਨਾਲ ਸਾਡਾ ਪ੍ਰੇਮ ਹੈ ਸਾਧੂ ਬਿਨਾਂ ਦਰਬਾਰ ਨਹੀਂ ਘੋੜ ਬਿਨਾਂ ਸਵਾਰ ਨਹੀਂ ਸਾਧੂ ਦਰਬਾਰ ਵਿੱਚ ਆ ਕੇ ਬਾਣੀ ਪੜ੍ਹ ਕੇ ਸਭ ਦਾ ਭਲਾ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ ਦਸ਼ਮੇਸ਼ ਕਲੋਨੀ ਗਲੀ ਨੰਬਰ 4 ਦੇ ਵਿੱਚ ਇੱਕ ਮਕਾਨ ਦੇ ਕਬਜ਼ੇ ਨੂੰ ਲੈ ਕੇ ਨਿਹੰਗਾਂ ਦੇ ਦੋ ਗੁੱਟਾਂ ਦੇ ਵਿੱਚ ਆਪਸ ਦੇ ਵਿੱਚ ਕਬਜ਼ੇ ਦਾ ਰੌਲਾ ਹੋਇਆ ਜੀ ਝਗੜਾ ਹੋਇਆ ਉੱਥੇ ਗੋਲੀ ਚਲਾਈ ਇੱਕ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਹੈਗਾ ਉਹਨੇ ਗੋਲੀ ਚਲਾਈ ਉਹਦੇ ਸੰਬੰਧ 'ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਮੁਕੱਦਮਾ ਦਰਜ ਕਰ ਦਿੱਤਾ ਜੀ ਕਾਰਵਾਈ ਕਰ ਦਿੱਤੀ ਹੈ ਕਬਜ਼ੇ ਨੂੰ ਲੈ ਕੇ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਜੀ ਮੁਹੱਲਾ ਵਾਸੀ ਜਿੱਦਾਂ ਕਹਿ ਰਿਹਾ ਕਿ ਇਹ ਆਏ ਦਿਨ ਇੱਦਾਂ ਦੇ ਲੜਾਈ ਝਗੜੇ ਹੁੰਦੇ ਰਹਿੰਦੇ ਸੀ ਉਸ ਘਰ ਜਗ੍ਹਾ ਨੂੰ ਲੈ ਕੇ ਅੱਜ ਤੱਕ ਮੁਹੱਲੇ 'ਚੋਂ ਕਦੇ ਕਿਸੇ ਦੀ ਕੰਪਲੇਂਟ ਨਹੀਂ ਆਈ ਹੋਰ ਕਿਸੇ ਦੀ ਕਦੇ ਕੋਈ ਕੰਪਲੇਂਟ ਨਹੀਂ ਆਈ ਕੱਲ੍ਹ ਕੰਪਲੇਂਟ ਆਈ ਅਤੇ ਵਿਦਿਨ 5 ਮਿੰਟਸ ਪੁਲਿਸ ਉੱਥੇ ਪਹੁੰਚੀ ਹੈ ਪੁਲਿਸ ਨੇ ਪਹੁੰਚ ਕੇ ਕਾਰਵਾਈ ਕੀਤੀ ਹੈ ਇਸ ਤੋਂ ਇਲਾਵਾ ਤਾਂ ਕਿਸੇ ਹੋਰ ਦੋਸ਼ੀ ਦਾ ਨਾਮ ਵਗੈਰਾ ਇੱਕ ਉਹਦੇ ਉੱਤੇ ਪਰਚਾ ਦਰਜ ਹਾਂ ਫਿਲਹਾਲ ਹਾਲੇ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜੀ ਅੱਗੇ ਤਫਤੀਸ਼ ਦੇ ਵਿੱਚ ਜੇ ਕਿਸੇ ਹੋਰ ਦਾ ਨਾਮ ਸਾਹਮਣੇ ਆਊਗਾ ਤਾਂ ਉਹਨੂੰ ਵੀ ਨਾਮ ਦਰਜ ਕੀਤਾ ਜਾਊਗਾ ਇਹ ਅੰਡਰ ਸੈਕਸ਼ਨ 307 ਅਤੇ ਆਮ ਸੈਕਟ ਦਾ ਵੀ ਹੈਗਾ ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਪੰਜਾਬ ਦੇ ਮਸ਼ਹੂਰ ਜੋਤਿਸ਼ 50 ਸਾਲਾਂ ਦਾ ਮਹਾਨ ਤਜਰਬਾ ਸਵਾਮੀ ਰਵੀ ਆਚਾਰੀਆ 8692900755 ਤਾਂਤਰਿਕ ਵਿਧੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ 100% ਗਰੰਟੀ ਨਾਲ ਪਤੀ ਪਤਨੀ 'ਚ ਝਗੜਾ ਪ੍ਰੇਮ ਵਿਆਹ 'ਚ ਰੁਕਾਵਟ ਸੌਧਨ ਦੁਸ਼ਮਣ ਦਾ ਖਾਤਮਾ ਵਿਦੇਸ਼ ਯਾਤਰਾ ਕੀਤਾ ਕਿਰਾਇਆ ਦਾ ਜੜ ਤੋਂ ਖਾਤਮਾ ਕਰਜ਼ਾ ਮੁਕਤੀ ਦੇ ਵਿਸ਼ੇਸ਼ ਉਪਾਅ ਜਾਣੋ ਗੁਪਤ ਵਸ਼ੀਕਰਨ ਕਰਾਓ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬਸ 'ਚ ਕਰੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਇਟਸ ਮਾਈ ਪ੍ਰੋਮਿਸ ਸੰਪਰਕ ਕਰੋ 8692900755